ਪਿੰਡ ਮਹਿੰਦੀਪੁਰ ਚ ਮੁਲਾਜ਼ਮ ਵੀਰ ਸਰਜੀਤ ਕੁਮਾਰ ਜੀ ਪਹੁੰਚੇ ਆ। ਆਮ ਲੋਕਾਂ ਦੀ ਧਾਰਨਾ ਬਣੀ ਆ ਕਿ ਪੁਲਿਸ ਵਾਲੇ ਲੋਕਾਂ ਨੂੰ ਤੰਗ ਕਰਦੇ ਆ। ਦੇਖੋ ਇਹਨਾਂ ਨੇ ਆਪਣੇ ਤੌਰ ਤੇ ਇਕੱਠੇ ਹੋ ਕੇ ਸਾਰੇ ਮੁਲਾਜ਼ਮਾਂ ਨੇ ਜਿਹੜੇ ਗਰੀਬ ਲੋਕ ਆ ਉਹਨਾਂ ਦੇ ਲਈ ਸੇਵਾ ਕਰਨ ਦਾ ਤਹੀਆ ਕੀਤਾ ਤੇ ਪਿੰਡਾਂ ਦੇ ਵਿੱਚ ਉਹ ਲਿਸਟਾਂ ਬਣਾਉਂਦੇ ਫਿਰਦੇ ਆ ਕਿ ਜਿਹੜੇ ਲੋਕ ਗਰੀਬ ਆ ਅਸੀਂ ਮੁਲਾਜ਼ਮ ਇਕੱਠੇ ਹੋ ਕੇ ਉਹਨਾਂ ਦੀ ਸੇਵਾ ਦੇ ਲਈ ਜੋ ਵੀ ਜ਼ਰੂਰੀ ਚੀਜ਼ਾਂ ਉਹ ਅਸੀਂ ਦੇ ਕੇ ਜਾਵਾਂਗੇ। ਅੱਜ ਮਹਿੰਦੀਪੁਰ 'ਚ ਸੁਰਜੀਤ ਕੁਮਾਰ ਜੀ ਲਿਸਟ ਬਣਾਉਣ ਆਏ ਆ ਅਤੇ ਇਹਨੂੰ ਅਸੀਂ ਲਗਭਗ 15-20 ਘਰਾਂ ਦੀਆਂ ਲਿਸਟਾਂ ਜਿਹੜੀਆਂ ਉਹ ਨਾਂ ਦਿੱਤੇ ਆ ਅਤੇ ਮੈਂ ਸੁਰਜੀਤ ਕੁਮਾਰ ਜੀ ਨੂੰ ਇੱਕ ਮਿੰਟ ਲਈ ਕਹੂੰਗਾ ਕਿ ਆਪਣਾ ਮਾੜਾ ਜਿਹਾ ਦੱਸੋ ਜੋ ਅੱਜ ਦਾ ਕਰੋਨਾ ਵਾਇਰਸ ਆ ਅਤੇ ਇਹਦੇ ਬਾਰੇ ਤੁਹਾਡੇ ਕੀ ਵਿਚਾਰ ਆ? ਸਰ, ਵੈਸੇ ਤਾਂ ਜਿੱਦਾਂ ਗਰੀਬ ਲੋਕਾਂ ਲਈ ਘਰ ਰਾਸ਼ਨ ਦਾ ਸਾਰਾ ਪ੍ਰਬੰਧ, ਜਿਹੜੇ ਬਿਲਕੁਲ ਹੀ ਘਰ ਦੇ ਵਿੱਚ ਜਿਨ੍ਹਾਂ ਦੇ ਵਿੱਚ ਰਾਸ਼ਨ ਹੈ ਹੀ ਨਹੀਂ, ਸ਼ਾਮ ਤੱਕ ਦਾ ਵੀ ਰਾਸ਼ਨ ਹੈ ਨਹੀਂ, ਅਤੇ ਅਸੀਂ ਉਹਨਾਂ ਲਈ ਰਾਸ਼ਨ ਮੁਲਾਜ਼ਮ ਜਿਹੜੇ ਸਾਡੇ ਭਰਾ ਨੇ, ਕੁਛ ਸਾਡੇ ਮੈਂ ਪ੍ਰਾਈਵੇਟ ਜਿੱਦਾਂ ਸਾਡੀ ਆਵਾਜ਼ ਸੰਸਥਾ ਵੱਲੋਂ ਆਵਾਜ਼ ਟੀਮ ਨੇ ਜਿਹੜੀ ਉਹਨਾਂ ਵੱਲੋਂ ਰਲ ਕੇ ਅਸੀਂ ਮਤਲਬ ਜਿਹੜਾ ਇਹ ਰਾਸ਼ਨ ਹੈ ਘਰ ਘਰ ਗਰੀਬ ਲੋਕਾਂ ਤੱਕ ਪਹੁੰਚਾਉਣ ਦੀ ਆਪਣੇ ਵੱਲੋਂ ਪੂਰੀ ਕੋਸ਼ਿਸ਼ ਕਰ ਰਹੇ ਹਾਂ। ਅਤੇ ਮੈਂ ਸਰ, ਮੇਰੀ ਡਿਊਟੀ ਲੱਗੀ ਹੈ ਆਪਣੇ ਵਿਭਾਗ ਵੱਲੋਂ ਕਿ ਜਿਹੜੇ ਬਿਲਕੁਲ ਹੀ ਗਰੀਬ ਘਰ ਨੇ, ਜਿਵੇਂ ਜਿੱਦਾਂ ਉਹਨਾਂ ਦੇ ਘਰ ਵੈਰੀਫਾਈ ਕਰਕੇ ਜਿਹਨਾਂ ਦੇ ਘਰ ਸ਼ਾਮ ਤੱਕ ਦਾ ਰਾਸ਼ਨ ਹੈ ਨਹੀਂ, ਉਹਨਾਂ ਦੇ ਘਰ ਰਾਸ਼ਨ ਪਹੁੰਚਾਇਆ ਜਾਵੇ, ਜਿਹੜਾ ਜ਼ਰੂਰੀ ਬਿਲਕੁਲ ਲੋੜੀਂਦਾ ਸਮਾਨ ਸ਼ਾਮ ਤੱਕ ਪਹੁੰਚਾਇਆ ਜਾਵੇ ਕਿਸੇ ਤਰ੍ਹਾਂ। ਬਹੁਤ ਵਧੀਆ ਸਰ, ਬਹੁਤ ਵੱਡਾ ਉਪਰਾਲਾ ਆ। ਸਰਪੰਚ ਸਾਹਿਬ ਵੀ ਨਾਲ ਖੜੇ ਆ। ਸਰਪੰਚ ਜੀ, ਤੁਸੀਂ ਦੋ ਸ਼ਬਦ ਬੋਲ ਦਿਓ। ਆਪਣੇ ਸਰਕਾਰੀ ਮੁਲਾਜ਼ਮ ਜੀ ਆ ਰਹੇ ਆ, ਦੇਖ ਰਹੇ ਆ, ਵੈਰੀਫਿਕੇਸ਼ਨ ਕਰ ਰਹੇ ਆ ਵੀ ਜਿਹਨਾਂ ਜਿਹਨਾਂ ਦੇ ਘਰਾਂ ਦੇ ਵਿੱਚ ਮਤਲਬ ਜ਼ਿਆਦਾ ਤੰਗੀ ਆ, ਜਿਹਨਾਂ ਘਰਾਂ ਦੇ ਵਿੱਚ ਸ਼ਾਮ ਨੂੰ ਰੋਟੀ ਪਕਾਉਣ ਨੂੰ ਆਟਾ ਨਹੀਂ ਹੈਗਾ, ਕੋਈ ਸਮਾਨ ਨਹੀਂ ਹੈਗਾ, ਉਹ ਆਪ ਵੈਰੀਫਿਕੇਸ਼ਨ ਕਰ ਰਹੇ ਆ। ਜਿਹਨਾਂ ਦੇ ਕੋਲ ਨਹੀਂ ਉਹ ਮਤਲਬ ਇਹ ਮੁਲਾਜ਼ਮ ਆ ਕੇ ਇਹ ਪਹੁੰਚਦਾ ਕਰਨਗੇ। ਅੱਜ ਪਿੰਡ ਚ ਦਵਾਈ ਵੀ ਆਈ ਸਰਪੰਚ ਸਾਹਿਬ, ਤੁਸੀਂ ਸਰਕਾਰ ਹੈ ਮੁੰਡੇ, ਦਵਾਈ ਵੀ ਸਰਕਾਰ ਰਹੇ ਸਾਰੇ ਪਿੰਡ ਦੇ ਵਿੱਚ ਮੁੰਡੇ ਕਰ ਰਹੇ ਆ ਜੀ, ਆ ਮੁੰਡੇ ਸੇਵਾ ਕਰ ਰਹੇ ਆ ਦਵਾਈ ਦੇ ਲਈ। ਪਿੰਡ ਮਹਿੰਦੀਪੁਰ ਚ ਸੇਵਾ ਚੱਲ ਰਹੀ ਆ, ਦਵਾਈ ਦਾ ਟੈਂਕੀਆਂ ਭਰੀਆਂ ਹੋਈਆਂ ਤੇ ਗਲੀ ਗਲੀ ਮੁਹੱਲੇ ਘੁੰਮ ਕੇ ਦਵਾਈ ਦੀ ਸੇਵਾ ਵੀ ਕਰ ਰਹੇ ਆ। ਬਹੁਤ ਬਹੁਤ ਧੰਨਵਾਦ ਤੁਹਾਡਾ ਸੁਰਜੀਤ ਜੀ, ਥੈਂਕ ਯੂ।